ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਪੰਜਾਬੀ ਫੂਡ ਐਂਡ ਕੁਕਿੰਗ ਦੇ ਵਿੱਚ। ਅੱਜ ਅਸੀਂ ਬਣਾਵਾਂਗੇ ਮੈਂਗੋ ਮਿਲਕ ਸ਼ੇਕ, ਜਿਹਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਬੱਚੇ ਇਹਨੂੰ ਬਹੁਤ ਹੀ ਖੁਸ਼ ਹੋ ਕੇ ਪੀਂਦੇ ਨੇ। ਜੇਕਰ ਤੁਹਾਡੇ ਬੱਚੇ ਦੁੱਧ ਨਹੀਂ ਪੀਂਦੇ ਤਾਂ ਇਹਨਾਂ ਨੂੰ ਮੈਂਗੋ ਮਿਲਕ ਸ਼ੇਕ ਬਣਾ ਕੇ ਦਿਓ, ਉਹਨਾਂ ਨੂੰ ਬਹੁਤ ਪਸੰਦ ਆਏਗਾ। ਅਤੇ ਚਲੋ ਫਿਰ ਬਣਾਉਣਾ ਸ਼ੁਰੂ ਕਰਦੇ ਹਾਂ। ਮੈਂਗੋ ਮਿਲਕ ਸ਼ੇਕ ਬਣਾਉਣ ਦੇ ਲਈ ਮੈਂ ਇੱਕ ਅੰਬ ਲਿਆ ਹੈ, ਇਹਨੂੰ ਮੈਂ ਛਿੱਲ ਕੇ ਅਤੇ ਇਹਦਾ ਜਿਹੜਾ ਪਲਪ ਹੈ ਉਹ ਸਾਰਾ ਕੱਢ ਲਵਾਂਗੀ। ਮੈਂਗੋ ਦਾ ਪਲਪ ਹੈ ਜਿਹੜਾ, ਇਹਨੂੰ ਹੁਣ ਮੈਂ ਗ੍ਰਾਈਂਡਰ ਜਾਰ ਦੇ ਵਿੱਚ ਪਾ ਲਵਾਂਗੀ। ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਗ੍ਰਾਈਂਡ ਕਰ ਲਵਾਂਗੇ। ਅੰਬ ਜਿਹੜਾ ਹੈ ਸਾਡਾ ਗ੍ਰਾਈਂਡ ਹੋ ਗਿਆ ਹੈ, ਹੁਣ ਮੈਂ ਇਹਦੇ 'ਚ ਬਾਕੀ ਸਮਾਨ ਪਾਵਾਂਗੀ। ਹੁਣ ਮੈਂ ਗ੍ਰਾਈਂਡ ਕਰ ਲਿਆ ਇਹਨੂੰ ਚੰਗੀ ਤਰ੍ਹਾਂ, ਮੈਂ ਇਹਦੇ 'ਚ ਦੁੱਧ ਪਾ ਦਾਂਗੀ। ਲਗਭਗ 1.5 ਗਲਾਸ ਦੁੱਧ ਦਾ ਪਾਇਆ। ਚੀਨੀ ਜਿਹੜੀ ਹੈ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਪਾਓ, ਅਤੇ ਨਾਲੇ ਜਿਹੜਾ ਅੰਬ ਹੈ ਹਲੇ ਜ਼ਿਆਦਾ ਮਿੱਠਾ ਨਹੀਂ ਹੈ, ਇਸ ਕਰਕੇ ਮੈਂ ਚੀਨੀ ਦੀ ਕੁਆਂਟਿਟੀ ਮੈਂ ਥੋੜ੍ਹੀ ਜਿਹੀ ਜ਼ਿਆਦਾ ਪਾਵਾਂਗੀ। ਹੁਣ ਇਹਦੇ 'ਚ ਮੈਂ ਆ ਜਿਹੜੇ ਅੰਬ ਛੋਟੇ ਛੋਟੇ ਪੀਸ ਕਰਕੇ ਰੱਖੇ ਸੀ, ਪਹਿਲਾਂ ਇਹ ਪਾ ਦਾਂਗੀ। ਮੈਂ ਇਹਦੇ 'ਚ ਇੱਕ ਇੱਕ ਸਕੂਪ ਵਨੀਲਾ ਆਈਸਕ੍ਰੀਮ ਦਾ ਪਾਵਾਂਗੀ। ਮੈਂ ਇਹਦੇ 'ਚ ਮੈਂਗੋ ਮਿਲਕ ਸ਼ੇਕ ਜਿਹੜਾ ਬਣਾ ਕੇ ਰੱਖਿਆ ਉਹ ਪਾ ਦਾਂਗੀ। ਫਿਰ ਤੋਂ ਆਈਸਕ੍ਰੀਮ ਦਾ ਇੱਕ ਇੱਕ ਸਕੂਪ ਪਾਵਾਂਗੀ। ਥੋੜ੍ਹਾ ਥੋੜ੍ਹਾ ਮੈਂਗੋ ਦੇ ਪੀਸਿਸ ਪਾਵਾਂਗੇ। ਇਹਦੇ ਉੱਤੇ ਮੈਂ ਥੋੜ੍ਹੀ ਥੋੜ੍ਹੀ ਟੂਟੀ ਫਰੂਟੀ ਪਾਤੀ ਹੈ, ਜੇਕਰ ਤੁਹਾਡੇ ਕੋਲ ਹੈ ਤਾਂ ਪਾ ਦਿਓ, ਨਹੀਂ ਤਾਂ ਆਪਸ਼ਨਲ ਹੈ। ਸਾਡਾ ਮੈਂਗੋ ਮਿਲਕ ਸ਼ੇਕ ਬਣ ਕੇ ਬਿਲਕੁਲ ਤਿਆਰ ਹੈ। ਤੁਸੀਂ ਚਾਹੋ ਤਾਂ ਡਰਾਈ ਫਰੂਟ ਵੀ ਪਾ ਸਕਦੇ ਹੋ ਉੱਪਰ, ਅਤੇ ਤੁਸੀਂ ਵੀ ਇਹਨੂੰ ਆਪਣੇ ਘਰ ਵਿੱਚ ਬਣਾ ਕੇ ਜ਼ਰੂਰ ਟਰਾਈ ਕਰੋ। ਬਹੁਤ ਹੀ ਸੌਖਾ ਹੈ ਬਣਾਉਣਾ ਘਰ ਦੇ ਵਿੱਚ। ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇਗੀ, ਪਸੰਦ ਆਏਗੀ। ਜੇਕਰ ਮੇਰੀ ਵੀਡੀਓ ਚੰਗੀ ਲੱਗੀ ਹੈ ਤਾਂ ਪਲੀਜ਼ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇਕਰ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਤੁਹਾਡਾ ਮੇਰੀ ਵੀਡੀਓ ਦੇਖਣ ਦੇ ਲਈ।